ਵਲਵੰਤ ਸਿੰਘ ਵਿਰਕ ਦੀ ਕਹਾਣੀ ਮੈਨੂੰ ਜਾਣਨਾ ਹੈ ਮੈਨੂੰ ਟੋਕਰੀ ਚ ਫਲ ਭਵਾਉਂਦਿਆਂ ਵੇਖੀ ਉਹ ਚੁੱਕਣ ਲਈ ਦੁਕਾਨ ਤੇ ਆਖਲੋਤਾ ਟੋਕਰੀ ਚੁਕਾਣੀ ਉਹ ਸੁਹਾਲੀ ਜੀ ਪੁੱਛਿਆ ਇਹੋ ਜਿਹੀ ਦਿਸਣੀ ਵਾਲੇ ਚਿਹਰੇ ਚੋਂ ਮੈਨੂੰ ਇਸ ਤੋਂ ਉੱਚੀ ਆਵਾਜ਼ ਆਉਣ ਦੀ ਉਮੀਦ ਵੀ ਨਹੀਂ ਸੀ ਉਪਰੀ ਜੀ ਨਜ਼ਰ ਨਾਲ ਵੇਖਿਆ ਵੀ ਇਹ ਦਿਸ ਪੈਂਦਾ ਸੀ ਕਿ ਉਹਦੇ ਹੋਸ਼ ਆਵਾਸ ਬਹੁਤੇ ਟਿਕਾਣੇ ਨਹੀਂ ਅਸਲੋਂ ਹੀ ਮਰਦਾ ਦਿਲ ਜਾਪਦਾ ਸੀ ਮੈਂ ਨਾ ਕਰ ਦਿੱਤੀ ਉਹਨੂੰ ਆਪਣੇ ਨਾਲ ਤੋਰਨ ਨੂੰ ਮੇਰਾ ਜੀ ਨਹੀਂ ਕਰਦਾ ਸੀ ਜੇ ਉਹਨੂੰ ਅਜੇ ਵੀ ਮਨੁੱਖ ਕਿਹਾ ਜਾ ਸਕਦਾ ਸੀ ਤਾਂ ਮਨੁੱਖਤਾ ਦਾ ਬੜਾ ਮਿੱਧਿਆ ਹੋਇਆ ਨਮੂਨਾ ਸੀ ਜ਼ਿੰਦਗੀ ਉਸ ਵਿੱਚ ਇੰਨੀ ਕੋਈ ਸੀ ਜਿਵੇਂ ਮਾਂ ਦੇ ਦਾਣੇ ਤੇ ਸਫੈਦੀ ਉਹਦੇ ਮੱਥੇ ਬੁੱਲ ਧੌਣ ਕੱਪੜੇ ਪੈਰ ਸਾਰਿਆਂ ਤੇ ਜਿਵੇਂ ਇੱਕ ਸਾਂਝਾ ਸੋਹਾਗਾ ਵੱਜ ਗਿਆ ਹੋਇਆ ਸੀ ਉਹਨਾਂ ਵਿੱਚੋਂ ਕੋਈ ਵੀ ਵੇਖਣ ਵਾਲੇ ਦੇ ਦਿਲ ਨੂੰ ਆਵਾਜ਼ ਨਹੀਂ ਮਾਰਦਾ ਸੀ ਉਸ ਨਾਲ ਗੱਲ ਕੀਤਿਆਂ ਜਵਾਬ ਆਉਣ ਦੀ ਉਮੀਦ ਨਹੀਂ ਸੀ ਸਮਾਨ ਚੁਕਾ ਕੇ ਨਾਲ ਤੁਰਨ ਵਾਲਾ ਵੀ ਤੇ ਆਖਰ ਸਾਥੀ ਹੁੰਦਾ ਹੈ ਤੁਸੀਂ ਕਿਸੇ ਬੰਦੇ ਨੂੰ ਸਮਾਨ ਚੁੱਕ ਕੇ ਜਾਂ ਉਸ ਨਾਲ ਇੱਕ ਤਰ੍ਹਾਂ ਨਿਰਸਬੰਧ ਹੋ ਗਏ ਨਹੀਂ ਟੁੱਟ ਸਕਦੇ ਜਿਵੇਂ ਖੋਤੇ ਜਾਂ ਮੋਟਰ ਦੇ ਸਮਾਨ ਰੱਖਿਆ ਹੋਇਆ ਹੁੰਦਾ ਉਹਦੀ ਹੋਣ ਦਾ ਪ੍ਰਭਾਵ ਤੁਹਾਡੇ ਤੇ ਪੈਂਦਾ ਰਹਿੰਦਾ ਮੇਰੇ ਨਾਂ ਕਰਨ ਦਾ ਉਸ ਤੇ ਅਸਲੋਂ ਕੋਈ ਅਸਰ ਨਾ ਹੋਇਆ ਪਤਾ ਨਹੀਂ ਉਹਨੇ ਸੁਣਿਆ ਵੀ ਕਿ ਨਾ ਮੈਨੂੰ ਉਹਦੀ ਸੁਣਨ ਬੋਲਣ ਵੇਖਣ ਕਿਸੇ ਵੀ ਸ਼ਕਤੀ ਤੇ ਕੋਈ ਵਿਸ਼ਵਾਸ ਨਹੀਂ ਸੀ ਉਹਨੂੰ ਅਜੇ ਵੀ ਉੱਥੇ ਖਲੋਤਾ ਵੇਖ ਕੇ ਦੁਕਾਨਦਾਰ ਮੈਨੂੰ ਖੁਸ਼ ਕਰਨ ਲਈ ਉਸ ਨਾਲ ਤਤਤਾ ਹੋਣ ਲੱਗ ਪਿਆ। ਉਹਦੀ ਬੇਇੱਜ਼ਤੀ ਦਾ ਕਾਰਨ ਬਣ ਕੇ ਮੈਨੂੰ ਅਫਸੋਸ ਹੋਇਆ। ਆਖਰ ਮੈਂ ਕਿਸੇ ਨੂੰ ਤੇ ਫਲ ਚੁਕਾਣੀ ਸਨ ਚਲੋ ਇਹਨੂੰ ਹੀ ਚੁਕਾ ਲੈਨੇ ਆ ਮੈਂ ਮੰਨ ਗਿਆ। ਅਸੀਂ ਟੁਰ ਪਏ। ਟੁਰਦਿਆਂ ਟੁਰਦਿਆਂ ਮੈਂ ਇਹ ਜਾਣਨ ਲਈ ਕਾਲਾ ਪੈ ਗਿਆ ਕਿ ਕਿਸ ਗੱਲ ਨੇ ਉਹਨੂੰ ਇਸ ਤਰ੍ਹਾਂ ਰਗੜ ਸੁਟਿਆ ਸੀ। ਭੁੱਖ ਨੰਗ ਦੇ ਮਿੱਧੇ ਹੋਏ ਲੋਕ ਮੈਂ ਅੱਗੇ ਵੇਖੇ ਸਨ। ਉਹਨਾਂ ਵਿੱਚੋਂ ਤਾਂ ਕਈਆਂ ਨੂੰ ਇਸ ਨਾਲ ਹੋਰ ਵੀ ਬਲ ਮਿਲ ਜਾਂਦਾ ਤੇ ਉਹ ਹੋਰ ਵੀ ਵਧੇਰੇ ਚੇਤਨ ਹੋ ਜਾਂਦੇ ਨੇ। ਨਹੀਂ ਹੋ ਇਹਨਾਂ ਵਿੱਚੋਂ ਨਹੀਂ ਸੀ। ਉਹਨੂੰ ਤੇ ਸ਼ਾਇਦ ਇਹ ਵੀ ਪਤਾ ਨਹੀਂ ਸੀ ਕਿ ਉਹ ਕੁਮਲਾ ਗਿਆ ਹੈ। ਪੈਰ-ਪੈਰ ਤੇ ਮੈਨੂੰ ਡਰ ਲੱਗਦਾ ਸੀ ਉਹ ਕਿਧਰੇ ਮੋਟਰ ਟਾਂਗੇ ਥੱਲੇ ਨਾ ਆ ਜਾਏ। ਤੂੰ ਇੱਥੋਂ ਦਾ ਹੈਂ ਕਿ ਉਧਰੋਂ ਆਇਆ ਹੈਂ? ਮੈਂ ਗੱਲ ਛੇੜ ਦਿੱਤੀ। ਉਧਰੋਂ ਤੋਂ ਮੇਰਾ ਭਾਪ ਪਾਕਿਸਤਾਨ ਤੋਂ ਸੀ। ਉਹਨੇ ਮੇਰੀ ਗੱਲ ਨਾ ਗੋਲੇ। ਮੇਰੇ ਸਵਾਲਾਂ ਦਾ ਜਵਾਬ ਦੇਣ ਨੂੰ ਉਹ ਕੋਈ ਕਾਹਲਾ ਨਹੀਂ ਸੀ। ਜਾਂ ਤੇ ਉਹ ਸੁਣਦਾ ਨਹੀਂ ਸੀ ਤੇ ਜਾਂ ਸੁਣ ਕੇ ਸਮਝਦਾ ਨਹੀਂ ਸੀ। ਪਿਛਲੀ ਗੱਲ ਸੱਚਾਈ ਦੇ ਵਧੇਰੇ ਨੇੜੇ ਦਿਸਦੀ ਸੀ। ਬਾਹਰਲੀ ਆਵਾਜ਼ਾਂ ਉਹਦੇ ਦਿਮਾਗ 'ਚ ਖੁੱਭ ਕੇ ਕੋਈ ਜਵਾਬ ਕੱਢਣ ਦੀ ਥਾਂ ਇੱਧਰ ਉੱਧਰ ਤਿਲਕ ਜਾਂਦੀਆਂ ਜਿਵੇਂ ਬੱਤਕ ਦੇ ਪਿੰਡੇ ਤੋਂ ਪਾਣੀ ਬੜੀ ਮੁਸ਼ਕਲ ਨਾਲ ਮੈਂ ਕੁਝ ਗੱਲਾਂ ਉਹਦੇ ਅੰਦਰੋਂ ਖੁਰਚੀਆਂ ਤੂੰ ਪਾਕਿਸਤਾਨ ਚੋਂ ਆਇਆ ਆਹੋ ਕਿਹੜੀ ਥਾਂ ਸੰਗਲਿਆਂ ਇੱਥੇ ਕੀ ਕਰਨਾ ਹੈ ਕੁਝ ਵੀ ਨਹੀਂ ਰਾਤ ਸੌਂਦਾ ਕਿੱਥੇ ਮੈਂ ਇੱਥੇ ਹੀ ਸੜਕ ਤੇ ਸੌਂ ਰਹਿਣਾ ਵਾ ਰੋਟੀ ਕਿੱਥੋਂ ਖਾਣਾ ਕਿਸੇ ਤਨੂਰ ਤੋਂ ਖਾ ਲੈਣਾ ਦੋ ਅੰਨਿਆਂ ਦੀ ਤੇਰੀ ਵਾਟੀ ਧੀ ਪੁੱਤਰ ਭੈਣ ਭਰਾ ਕੋਈ ਨਹੀਂ ਹਮਮ ਮਨੇ ਸਿਰ ਫੇਰ ਦਿੱਤਾ ਤੇ ਤੂੰ ਦਿਹਾੜੀ 'ਚ ਕਿੰਨੇ ਪੈਸੇ ਖੱਟ ਲੈਣਾ ਇਹੋ 5-7 ਤਾਂ ਨੇ ਉਹ ਸੰਗਲੇ ਤੋਂ ਆਇਆ ਸੀ ਮੈਂ ਸੁਣਿਆ ਹੋਇਆ ਸੀ ਕਿ ਸੰਗਲ ਇੱਕ ਪਹਾੜੀ ਹੈ ਜਿੱਥੋਂ ਪੱਥਰ ਕੱਟ ਕੇ ਗੱਡੀ ਦੀਆਂ ਲਾਈਨਾਂ ਤੇ ਵਿਛਾਇਆ ਜਾਂਦਾ ਹੈ ਇਸੇ ਲਈ ਉਹਨੂੰ ਸੰਗਲਾ ਹਿੱਲ ਵੀ ਕਹਿੰਦੇ ਐ ਤੂੰ ਉੱਥੇ ਸੰਗਲੇ ਕਦੀ ਪਹਾੜੀ ਤੇ ਚੜਿਆ ਸੈਂ ਮੈਂ ਗੱਲ ਟੋਰੀ ਲਖਣ ਲਈ ਆ ਕੇ ਆ ਹੈਂ ਤੂੰ ਸੰਗਲੇ ਤੋਂ ਆਇਆ ਹੈ ਨਾ ਉੱਥੇ ਜਿਹੜੀ ਪਹਾੜੀ ਸੀ ਤੂੰ ਕਦੀ ਉਹ ਤੇ ਚੜਿਆ ਸੈਂ ਤੂੰ ਮੈਨੂੰ ਜਾਣਨਾ ਉਸ ਚਾਨ ਨਾਲ ਉੱਛਲ ਕੇ ਗਿਆ ਪਹਾੜੀ ਨਾਲ ਜੋੜੀਆਂ ਜਿਵੇਂ ਉਹਨੂੰ ਅੰਮ੍ਰਿਤ ਦਾ ਟੀਕਾ ਲੱਗ ਗਿਆ ਹੋਵੇ ਆਪਣੇ ਸੰਗਲੇ ਤੋਂ ਆਉਣ ਦੀ ਗੱਲ ਉਸ ਆਪ ਮੈਨੂੰ ਦੱਸੀ ਸੀ ਇਹ ਉਹਨੂੰ ਯਾਦ ਨਹੀਂ ਰਿਹਾ ਆਹੋ ਮੈਂ ਤੈਨੂੰ ਉੱਥੇ ਵੇਖਿਆ ਮੈਂ ਉਹਦਾ ਦਿਲ ਨਹੀਂ ਤੋੜਨਾ ਚਾਹੁੰਦਾ ਸਾਂ ਹੱਲ ਉਹਦੇ ਮੂੰਹ ਤੇ ਖੇੜਾ ਖੇੜ ਰਿਹਾ ਸੀ ਉਸ ਸਿਰ ਤੋਂ ਪੈਰਾਂ ਤੱਕ ਮੈਨੂੰ ਚੰਗੀ ਤਰ੍ਹਾਂ ਵੇਖਿਆ ਤੇ ਫੇਰ ਆਪਣੇ ਆਪ ਨੂੰ ਜਦੋਂ ਮੇਰੇ ਨਾਲ ਤੁਰਿਆ ਸੀ ਪਹਿਲੀ ਵਾਰ ਉਹਨੇ ਕੁਝ ਦੇਖਣ ਦੀ ਕੋਸ਼ਿਸ਼ ਕੀਤੀ ਸੀ ਤੋਂ ਮੈਨੂੰ ਉੱਥੇ ਵੇਖਿਆ ਉਸ ਮੇਰੀ ਕੀਤੀ ਹੋਈ ਗੱਲ ਨੂੰ ਫੇਰ ਦਰ ਆਹੋ ਮੈਨੂੰ ਤੇ ਤੇਰਾ ਚੇਤਾ ਨਹੀਂ ਆਉਂਦਾ ਤੈਨੂੰ ਨਹੀਂ ਆਉਂਦਾ ਪਰ ਮੈਂ ਤੈਨੂੰ ਉੱਥੇ ਵੇਖਿਆ ਇਹਨੇ ਨੂੰ ਅਸੀਂ ਘਰ ਪੜ ਪਏ ਮੈਂ ਉਹਦੀ ਮਜ਼ਦੂਰੀ ਦਿੱਤੀ ਇੱਕ ਗੱਲ ਹੋਰ ਏ ਕੀ ਮੈਨੂੰ ਕੋਈ ਪੁਰਾਣਾ ਕਮੀਜ਼ ਪਜਾਮਾ ਦੇ ਨਵੀਂ ਗੰਢੀ ਵਾਕਫੀ ਕਰਕੇ ਮੈਂ ਉਹਨੂੰ ਨਾ ਨਹੀਂ ਕਰ ਸਕਦਾ ਸੀ ਇੱਕ ਪੁਰਾਣੀ ਕਮੀਜ਼ ਤੇ ਪਜਾਮਾ ਮੈਂ ਅੰਦਰੋਂ ਲਿਆ ਕੇ ਉਹਨੂੰ ਦੇ ਦਿੱਤਾ ਉਹ ਖੁਸ਼ੀ-ਖੁਸ਼ੀ ਪਿਛਾਂ ਮੁੜ ਗਿਆ। ਉਹਦਾ ਪੈਰ ਹੁਣ ਕੁਝ ਤ੍ਰਿਕਾ ਸੀ। ਤਿੰਨ-ਚਾਰ ਦਿਨ ਲੰਘ ਗਏ। ਇੱਕ ਦਿਨ ਉਹ ਮੇਰੇ ਘਰ ਆ ਕੇਵਾਜਾ ਮਾਰਨ ਲੱਗ ਪਿਆ। ਮੈਂ ਬਾਹਰ ਆਇਆ ਤੇ ਉਹਨੂੰ ਵੇਖ ਕੇ ਹੈਰਾਨ ਰਹਿ ਗਿਆ। ਉਹ ਪਹਿਲੇ ਨਾਲੋਂ ਬਹੁਤ ਬਦਲਿਆ ਹੋਇਆ ਸੀ। ਉਹਨੇ ਮੇਰਾ ਦਿੱਤਾ ਹੋਇਆ ਕਮੀਜ਼ ਪਜਾਮਾ ਪਾਇਆ ਹੋਇਆ ਸੀ। ਉਹਦਾ ਮੂੰਹ, ਅੱਖਾਂ, ਨੱਕ ਸਭ ਨਿਖਰੇ ਹੋਏ ਸਨ। ਕੋਲ ਹੀ ਉਹਨੇ ਇੱਕ ਸਾਈਕਲ ਰਿਕਸ਼ਾ ਖੜੀ ਕੀਤੀ ਹੋਈ ਸੀ। ਸੈਰ ਕਰਨ ਜਾਣਾ? ਉਸ ਪੁੱਛਿਆ। ਉਹ ਹੁਣ ਰਿਕਸ਼ਾ ਵਾਉਣ ਲੱਗ ਪਿਆ ਸੀ ਤੇ ਆਪਣੇ ਰਿਕਸ਼ੇ ਤੇ ਬਿਠਾ ਕੇ ਮੈਨੂੰ ਇੱਧਰ ਉੱਧਰ ਘੁਮਾਉਣਾ ਚਾਹੁੰਦਾ ਸੀ ਨਹੀਂ ਭਈ ਮੈਂ ਵਾਂਡੇ ਜਾਣਾ ਹੁਣ ਸਮਾਨ ਬੰਨ ਰਿਆਂ ਦਸਾਂ ਦਿਨਾਂ ਨੂੰ ਮੁੜ ਕੇ ਆਵਾਂਗਾ ਫਿਰ ਤੇਰੇ ਨਾਲ ਸੈਰ ਕਰਨ ਚਲਾਂਗਾ ਦਸਾਂ ਦਿਨਾਂ ਪਿਛੋਂ ਫੇਰ ਆਇਆ ਮੈਂ ਉਹਦੇ ਰਿਕਸ਼ੇ ਤੇ ਬੈਠ ਗਿਆ ਕਿੱਥੇ ਦੀ ਸੈਰ ਕਰਨੀ ਉਹਨੇ ਪੁੱਛਿਆ ਮੈਂ ਕਿਹਾ ਜਿੱਥੇ ਸਲਾਹੀ ਲੈ ਚਲ ਇੱਕ ਗਲੀ 'ਚ ਜਾ ਕੇ ਉਹਨੇ ਰਿਕਸ਼ਾ ਖੜੀ ਕਰ ਦਿੱਤੀ ਉਸ ਜੰਦਰਾ ਖੋਲਿਆ ਅਸੀਂ ਇੱਕ ਕੋਠੇ 'ਚ ਵੜ ਗਏ ਉੱਥੇ ਇੱਕ ਮੰਜੀ ਡੱਠੀ ਸੀ ਇੱਕ ਕੰਧ ਤੇ ਇੱਕ ਲਾਲ ਟੈਂਟ ਲੰਗੀ ਸੀ ਤੇ ਪੁਰਾਣੇ ਰਸਾਲਿਆਂ ਤੇ ਅਖਬਾਰਾਂ ਵਿੱਚੋਂ ਪਾੜੀਆਂ ਹੋਈਆਂ ਐਕਟ੍ਰੈਸਾਂ ਦੀਆਂ ਕੁਝ ਤਸਵੀਰਾਂ ਲੱਗੀਆਂ ਹੋਈਆਂ ਸਨ ਮੈਂ ਮੰਜੀ ਤੇ ਬੈਠ ਗਿਆ ਇਹ ਕੋਠਾ ਤੇਰਾ ਏ ਮੈਂ ਪੁੱਛਿਆ ਇਹ ਮੈਂ ਕਿਰਾਏ ਤੇ ਲੈ ਲਿਆ ਮੈਂ ਕਿਹਾ ਤੈਨੂੰ ਸੇਅਰ ਕਰਾਉਣ ਲਿਆਵਾਂਗਾ ਇੱਥੇ ਇਸ ਰਿਕਸ਼ੇ 'ਚੋਂ ਮੈਨੂੰ 2-3 ਰੁਪਏ ਰੋਜ਼ ਬਚ ਜਾਂਦੇ ਨੇ ਕਿਰਾਇਆ ਘਰੂਆ ਦੇ ਲਵਾਂਗੇ ਉਧਰ ਕੀ ਕੰਮ ਕਰਦਾ ਸੈਂ ਤੋਂ ਉਧਰ ਮੈਂ ਕਈ ਕੰਮ ਕੀਤੇ ਮੇਰਾ ਪਿਓ ਆਪਣੇ ਪਿੰਡ 'ਚ ਖੱਡੀ ਹੁੰਦਾ ਸੀ ਪਹਿਲੇ ਮੈਂ ਖੱਡੀਆਂ ਉਣਨੀ ਸਿੱਖੀ ਫਿਰ ਖੱਡੀਆਂ ਛੱਡ ਕੇ ਬੱਕਰੀਆਂ ਪਾਲੀਆਂ ਫਿਰ ਮੇਰਾ ਪਿਓ ਮਰ ਗਿਆ ਹੋਰ ਕੋਈ ਭੈਣ ਭਰਾ ਹੈ ਨਹੀਂ ਸੀ ਉਹ ਹੱਟੀ ਚੁੱਕ ਕੇ ਮੈਂ ਸੰਗਲੇ ਸ਼ਹਿਰ ਲਿਆਂਦੀ ਤੇ ਉੱਥੇ ਮਿਸ਼ਰੀ ਨਸ਼ਾਦਰ ਤੇ ਡੱਬੇ ਪੀਪੇ ਭਰੇ ਭਰਾਏ ਛੱਡ ਕੇ ਇੱਧਰ ਆ ਗਿਆ ਫਿਰ ਹੁਣ ਤੂੰ ਮਿਲ ਪਿਓ ਤੂੰ ਹੁਣ ਵਿਆਹ ਕਰਾ ਲੈ ਮੈਂ ਦੁਆਲੇ ਦੀ ਸੁਣਝ ਅਨੁਭਵ ਕਰਦਿਆਂ ਹੋਇਆਂ ਮਸ਼ਵਰਾ ਦਿੱਤਾ ਵਿਆਹ ਤੇ ਮੈਂ ਇੱਕ ਉੱਧਰ ਵੀ ਕਰਾਇਆ ਸੀ ਇੱਕ ਦਿਨ ਮੈਂ ਉਹ ਉਹਨੂੰ ਦੋ ਚਪੇੜਾਂ ਮਾਰ ਬੈਠਾ ਰੋਣ ਪਿੱਟਣ ਲੱਗ ਪਈ ਆਣ ਗਵਾਨ ਨੂੰ ਰੋ ਰੋ ਸੁਣਾਏ ਆਖੇ ਮੈਂ ਮੁਫਤ ਲੱਭੀਆਂ ਤਾਈਓਂ ਹੀ ਤੇ ਮਾਰਦਾ ਜੇ ਪੈਸੇ ਖਰਚ ਕੇ ਲਿਆਂਦੀ ਹੁੰਦੀ ਤਾਂ ਕਾਹਤੇ ਮਾਰਦਾ ਅਗਲੇ ਦਿਨ ਉਹ ਪੇਕਿਆਂ ਦੇ ਘਰ ਟੁਰ ਗਈ ਬਸ ਫੇਰ ਨਹੀਂ ਆਈ ਹੁਣ ਜੇ ਵਿਆਹ ਕਰਾਇਆ ਤਾਂ ਪੈਸੇ ਦੇ ਕੇ ਹੀ ਕਰਾਂਗੇ ਉਂਝ ਵੀ ਕਿਹੜਾ ਸਾਡੇ ਲਈ ਕੋਈ ਮੁਫਤ ਸਾਖ ਲਈ ਬੈਠਾ ਹੈ ਇੱਧਰ ਆ ਕੇ ਬਰਿਆਂ ਪਿੱਛੋਂ ਤੇ ਸਿਆਣੂ ਬੰਦਾ ਮੱਥੇ ਲੱਗੈ ਬਸ ਕੁਝ ਕਰੋ ਕੁਝ ਨਾ ਕਰੋ ਕੋਈ ਵੇਖਦਾ ਹੀ ਨਹੀਂ ਕੋਈ ਸਿਆਣ ਦਾ ਹੀ ਨਹੀਂ ਪਤਾ ਨਹੀਂ ਲੋਕ ਕਿੱਧਰ ਨੂੰ ਲੱਗ ਗਏ ਨੇ ਵਿਆਹ ਤੇ ਹੁਣ ਮੈਂ ਕਰਾ ਲੈਣਾ ਬਸ ਪੈਸੇ ਇਕੱਠੇ ਹੋਣ ਦੀ ਧੀਰ ਜਦੋਂ ਦਾ ਤੂੰ ਇੱਧਰ ਆਇਆ ਜੇ ਉਦੋਂ ਦਾ ਲੱਗਾ ਹੁੰਦਾ ਤਾਂ ਹੁਣ ਨੂੰ ਦੋ ਵਟੀਆਂ ਜੋਗੇ ਪੈਸੇ ਬਣਾ ਲੈਣੇ ਸਨ ਮੈਂ ਉਹਨੂੰ ਹੱਲਾਸ਼ੇਰੀ ਦਿੰਦੇ ਹੋਏ ਕਿਆ ਕੋਈ ਸੂਰੀ ਨਹੀਂ ਲੱਗਾ ਮੈਨੂੰ ਤੇ ਸੁਰਤ ਹੀ ਹੋਣਾ ਈ ਜਿਉਂ ਦਾ ਪਾਰ ਟਪਿਆ ਮੈਨੂੰ ਤੇ ਜਾਣਦਾ ਹੀ ਕੋਈ ਨਹੀਂ ਸੀ ਧੰਨਵਾਦ